ਸਸ਼ੀਕਾਲ ਜੀ ਅਸੀਂ ਬਲਵੀ ਸਟੋਰ ਪੋਸਟ ਵਿਚੋਂ ਜੁੜਾਣਾ ਤੋਂ ਬੋਲੇ ਸਾਨੂੰ ਬਹੁਤ ਬਹੁਤ ਪਿਆਰ ਬਰੀ ਸਸ਼ੀਕਾਲ ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਤਾਂ ਠੀਕ ਠਾਕ ਰਹਿਣੇ ਚਾਹੀਦੇ ਹੋ ਕਿ ਸਭ ਨੂੰ ਪਤਾ ਕਿ ਕਿਸ ਨਾਲ ਪੁਰਾਣੇ ਜੁੜ ਰਹੇ ਜਾਂ ਨਵੇਂ ਸਾੜੀ ਫੈਮਿਲੀ ਬਣ ਰਹੀ ਹੈ ਜਿਹੜੀ Facebook ਦੇ ਉੱਤੇ ਤਾਂ ਜੋ ਸਭ ਤੋਂ ਪਹਿਲਾਂ ਸਟਾਕ ਦਾ ਨਿਊ ਲਾਂਚ ਹੁੰਦਾ ਸ਼ਾਪ ਦੇ ਅੰਦਰ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਫੈਮਿਲੀ ਹੈ Facebook ਦੀ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਰੂਬਰੂ ਕਰਾਨੇ ਆ ਜੋ ਨਵੀਂ ਡਿਜ਼ਾਈਨ ਲਾਂਚ ਹੋਈ ਆ ਤਾਂ ਬਹੁਤ ਕਸਟਮਰ ਦੀ ਡਿਮਾਂਡ ਸੀ DM ਆ ਰਹੇ ਸੀ ਬਹੁਤ ਕਾਲ ਆ ਰਹੀਆਂ ਸੀ ਕਿ ਸਾੜੀ ਦੀ ਵੈਰਾਈਟੀ ਆ ਦਿਖਾਈ ਜਾਵੇ ਤਾਂ ਫਾਰ ਫਾਸਟ ਫਾਸਟ ਉਸੇ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਤੁਹਾਨੂੰ ਤਕਰੀਬਨ ਦਿਖਾਵਾਂਗੇ 10 ਸਾੜੀਆਂ ਰੈਡੀਮੇਡ ਔਰ 10 ਦਿਖਾਵਾਂਗੇ ਸਾੜੀਆਂ ਅਨਸੀਟ ਔਰ ਸਾੜੀਆਂ ਦੀ ਕਲੈਕਸ਼ਨ ਉਹਨਾਂ ਦੀ ਰੇਂਜ एवरीथिंग ਡਿਫਰੈਂਟ ਹੋਏਗੀ ਤੁਸੀਂ ਕਹੋਗੇ ਵਾਓ ਕਿ ਆਜੀ ਵੀਡੀਓ ਬਹੁਤ ਮਜ਼ੇਦਾਰ ਹੋਣ ਵਾਲੀ ਆ ਤਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜਿਹੜੀ ਰੈਡੀਮੇਡ ਸਾੜੀਆਂ ਹੋਣਗੀਆਂ ਸਿਰ ਤੁਸੀਂ ਹੁੱਕ ਲਗਾਓ ਪੱਲਾ ਲਓ ਸਾੜੀ ਰੈਡੀ ਦੀ ਔਰ ਜਿਹੜੀਆਂ ਸਾੜੀਆਂ ਅਨਸਿਜ਼ ਹੋਣਗੀਆਂ ਉਹ ਵੀ ਆਪਾਂ ਸਾੜੀਆਂ ਸਟਿਚ ਕਰਵਾ ਸਕਦੇ ਆ ਆਪਣੇ ਸਾਈਜ਼ ਦੇ ਅਕੋਰਡਿੰਗ ਜੀ ਆਪਣੇ ਕੋਲ ਹਰ ਤਰ੍ਹਾਂ ਦੇ profession tailor ਕਾਰੀਗਰ ਹਰ ਮਜ਼ਦੂਰ ਨੇ ਟੋਟਲੀ ਇਨ ਹਾਊਸ ਤਾਂ ਸਭ ਤੋਂ ਪਹਿਲਾਂ ਸਭ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੇ ਬਤਵਾ ਆਪਣੇ ਸਿਸਟਰ ਆਪਣੇ ਭੈਣਾਂ ਮਾਮਾ ਨਾ ਜੁੜ ਸਕਣ ਤੇ ਜਿਹੜੀ ਅੱਜ ਅਸੀਂ ਵੈਰਾਈਟੀ ਦਿਖਾਣ ਜਾ ਰਿਹਾ ਤੁਹਾਨੂੰ ਲਾਈਵ ਹੋ ਕੇ ਫੇਸ ਉੱਤੇ ਪਰ ਤਾਂ ਹਰ ਬੰਦਾ ਹਰ ਵਰਲਡ ਚ ਹਰ ਵਰਡ ਦੇ ਕੋਨੇ ਚ ਦੇ ਸਕੇ ਤਾਂ ਸਭ ਤੋਂ ਪਹਿਲਾਂ ਆਪਣੇ ਨੰਬਰ ਨੋਟ ਕਰ ਲੋ ਫਸਟ ਸੈਕਿੰਡ ਥਰਡ ਤਿੰਨ ਨੰਬਰ ਨੇ ਸ਼ਾਪ ਦੇ WhatsApp ਨੰਬਰ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਕੋਈ ਵੀ ਇਨਕੁਆਰੀ ਕਰਨੀ ਆ ਕਿਸੇ ਗਰਵਤ ਕਰਨੀ ਹੈ ਕੋਈ ਸ਼ਿਪਿੰਗ ਦਾ ਚਾਰਜ ਪੁੱਛਣਾ ਹੈ ਕਿਸੇ ਵੀ ਇੱਕ ਨੰਬਰ ਨੂੰ ਫਸਟ, ਸੈਕੰਡ, ਥਰਡ ਅਗਰ ਫਸਟ ਮਤੇ ਗੱਲ ਨਹੀਂ ਹੋ ਪਈ ਸੈਕੰਡ ਟਰਾਈ ਕਰੋ ਥਰਡ ਟਰਾਈ ਕਰੋ ਤੁਹਾਡੀ ਕਿਸ ਨਾ ਕਿਸੇ ਨੰਬਰ ਤੇ ਜੂਰ ਗੱਲ ਹੋਏਗੀ ਇਸ ਸ਼ਾਪ ਦੇ WhatsApp ਨੰਬਰ ਨੇ ਤੇ ਸਟਾਰਟ ਕਰਦੇ ਆ ਜੀ ਅਸੀਂ ਸੈਸ਼ਨ ਨੰਬਰ 2 ਸਾਰੀਆਂ ਆਣੀਆਂ ਅਨਸਿਚ ਤਾਂ ਸਭ ਤੋਂ ਪਹਿਲਾਂ ਸਾੜੀ ਦਿਖਾਵਾਂਗੇ ਤੁਹਾਨੂੰ ਅਸੀਂ ਬਲੈਕ ਵਾਲੀ ਸਾੜੀ ਦਿਖਾਉਣ ਜਾ ਰਹੇ ਹਾਂ ਕਿਉਂਕਿ ਹਰ ਗਰਲਜ਼ ਔਰ ਲੇਡੀਜ਼ ਦੀ ਇੱਕ ਨੀਡ ਹੁੰਦੀ ਆ ਡਬਲ ਕਰ ਲਓ ਬੜੇ ਸਾੜੀ ਨੂੰ ਤੇ ਇਹ ਬਲੈਕ ਸਾੜੀ ਆਏਗੀ ਜੀ ਸਾਰਾ ਸੀਕਵੈਂਸ ਦਾ ਇਹਦੇ ਵਾਕ ਕੀਤਾ ਹੋਇਆ ਵਾ ਕਿਉਂਕਿ ਸਾਨੂੰ ਪਤਾ ਕਿ ਜਿਹੜਾ ਸੀਕਵੈਂਸ ਦਾ ਕੰਮ ਹੈਗਾ ਵਾ ਟੋਟਲੀ ਇਨ ਟ੍ਰੈਂਡ ਹੈਗਾ ਇਸ ਟਾਈਮ ਜੀ ਤੇ ਆ आएगी ਸਾੜੀ ਸਿਸਟਰ ਜੀ ਇਹਦੇ ਪਸਤਰੇ ਪੱਲੇ ਦੇ ਸਰਵੋਸਕੀ ਦਾ ਵਰਕ ਕਿੰਨਾ ਹੋਏਗਾ ਇਸ ਤਰ੍ਹਾਂ ਪੱਲਾ ਬਣਿਆ ਹੋਏਗਾ ਬਹੁਤ ਪਿਆਰਾ ਔਰ ਆ ਆਏਗਾ ਸਾਰਾ ਡਮੋਂਟਿਕ ਵਰਕ ਔਰ ਇਸ 60 ਗ੍ਰਾਮ ਜੁੜਦਾ ਫੈਬਰਿਕ ਹੋਏਗਾ ਜੀ ਔਰ ਬਲੈਕ ਕਲਰ ਹੈਗਾ ਵਾ ਔਰ ਇਹਦਾ ਪੂਰੀ ਆਲ ਓਵਰ ਸਾੜੀ ਹੋਏਗੀ ਨਾਲ ਸੇਮ ਬਲਾਊਜ਼ ਹੋਏਗਾ ਔਰ ਇਸ ਤਰ੍ਹਾਂ ਪੱਲਾ ਲਾਪੜੇ ਔਲੋ ਸਕਰਟ 'ਚ ਵੀ ਇਸ ਤਰ੍ਹਾਂ ਦੇ ਮੋਟਿਵ ਬਨੇ ਹੋਏ ਨੇ ਬਹੁਤ ਪਿਆਰੇ ਔਰ ਆਏਗਾ ਜਿਸ ਨਾ ਬਲਾਊਜ਼ ਆਏਗਾ 1 ਸਵਾ ਮੀਟਰ 1.5 ਮੀਟਰ ਦਾ ਬਲਾਊਜ਼ ਹੁੰਦਾ ਵਾ ਕਿ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਡੀਪ ਨੈਕ ਕਰਨਾ ਵਾ ਜਿਸ ਤਰ੍ਹਾਂ ਵੀ ਨੈਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਰੈਡੀ ਔਰ ਇਹ ਆਏਗਾ ਚਸਟ ਦੇ ਉੱਪਰ ਜੀ ਲਗਾ ਬੜੇ ਚਸ ਲਗਾ ਇਹ ਇਸ ਤਰ੍ਹਾਂ ਆਏਗਾ ਮੈਮ ਆਹ ਚਸਟ ਪੱਲੂ ਆਏਗਾ ਚਸਟ ਦੇ ਉੱਪਰ ਕਰੋਗੇ ਡ੍ਰੇਪ ਔਰ ਸਾਹਮਣੇ ਪੱਲੂ ਆਏਗਾ ਇਹ ਫਰਸਟ ਆਰਟੀਕਲ ਹੈ ਜੀ ਡਿਜ਼ਾਈਨ ਨੰਬਰ 1 ਹੋਏਗਾ ਅਸ ਦੀ ਵੀਡੀਓ ਦਾ ਹਰੇ ਇਹ ਗਾ ਸੀ ਆਰਟੀਕਲ ਨੰਬਰ 1 ਹੋਏਗਾ ਔਰ ਰੇਂਜ ਹੋਏ ਕੀ 11300 11300 ਓਨਲੀ 4ਜੀ ਸਾਈਟ ਵਾਹ ਖੋਲੋ ਮੇਰੇ ਸਿੰਗਲ ਸਮਝ ਨਹੀਂ ਆ ਰਹੀ ਲੌਗ ਇਨ ਨੈਕਸਟ ਵਾਲੇ ਦਿਖਾਣ ਜਾ ਰਹੇ ਆ ਪਿਓ ਟਿਸ਼ੂ ਗਲਾਸ ਦੀ ਸਾੜੀ ਹੋਏਗੀ ਸਿਸਟਰ ਜੀ ਇਹ ਪ੍ਰੋਪਰ ਟਿਸ਼ੂ ਦਾ ਬਾਰਡਰ ਬਣਿਆ ਬਹੁਤ ਪਿਆਰਾ ਆ ਦੇਖੋ ਜੀ ਬੈਠ ਜਿਓ ਜੀ ਹਲੋ ਜੀ ਆਏਗੀ ਸਾਰੀ ਆਏਗੀ ਟਿਸ਼ੂ ਸਾਰੀ ਆਏਗੀ ਜੀ ਬਹੁਤ ਪਿਆਰੀ ਇਹਦੇ ਉਪਰ ਤੁਸੀਂ ਦੇਖ ਸਕਦੇ ਹੋ ਸਾਰਾ ਨੀਟ ਵਾਕ ਕਿੱਤਾ ਹੋਇਆ ਵਾ ਸਰਸ ਕੈਲਫਿੰਗ ਵਾਲਾ ਬਾਰਡਰ ਹੋਏਗਾ ਬਹੁਤ ਪਿਆਰਾ ਇਹਦਾ ਟੋਨ ਟੂ ਟੋਨ ਵਾਕ ਹੋਏਗਾ ਇਹਦੇ ਪਤੋਂ ਸਟੋਨ ਦਾ ਵਾਕ ਦੇਖਣ ਨੂੰ ਮਿਲੇਗਾ ਸਾਰਾ ਸੀਕੁਐਂਸ ਰਕਮ ਦੇਖਣ ਨੂੰ ਮਿਲੇਗਾ ਇਹ ਆਏਗਾ ਜੀ ਆਲ ਓਵਰ ਪੱਲੂ ਜਾਨਕੀ 5.5 ਮੀਟਰ ਦੀ ਸਾੜੀ ਹੋਏਗੀ ਨਾਲ 1 ਮੀਟਰ ਦਾ ਬਲਾਊਜ਼ ਹੈਗਾ ਟੋਟਲੀ ਐਮਬਰਾਇਡਰਡ ਬਲਾਊਜ਼ ਆਏਗਾ ਆਹ ਸਾਈਡ ਤੇ ਬਾਜ਼ੂ ਨੇ ਜੀ ਆਏਗਾ ਬੈਕ ਤੇ ਵਾਕ ਕੋਈ ਫਰੰਟ ਤੇ ਪੱਲੂ ਆਏਗਾ ਔਰ ਇਹ ਫਰੰਟ ਹੋਏਗੀ ਲਾਈਟ ਪਲੇਨ ਹੋਏਗੀ ਔਰ ਇਹਦੇ ਪੂਰੇ ਪੱਲੂ ਤੇ ਵਾਕ ਕੀਤਾ ਹੋਏਗਾ ਬਹੁਤ ਹੀ ਸ਼ਾਨਦਾਰ ਵਾਕ ਹੋਏਗਾ ਜੀ ਹਲਾ ਇਹ ਸਾਰਾ ਪਿਓਰ ਟਿਸ਼ੂ ਦਾ ਫੈਬਰਿਕ ਆ ਇਹ ਵੀ ਕਹਿੰਦੇ ਇਹ ਆਏਗਾ ਜੀ ਪਿਓਰ ਟਿਸ਼ੂ ਦਾ ਤਰ੍ਹਾਂ ਫੈਬਰਿਕ ਹੈਗਾ ਵਾ ਇਹ ਹੈ ਗਾਸੀ ਲਵੰਡਰ ਕਲਰ ਕਿਉਂਕਿ ਟਿਸ਼ੂ ਤੇ ਫੈਬਰਿਕ ਤੋਂ ਬਦਸਤਮ ਫੇਮਸ ਸਾੜੀ ਸੇਲ ਹੋ ਰਹੀ ਆ ਪਲੱਸ ਇਹ ਸਾੜੀ ਜਿਹੜਾ ਫੈਬਰਿਕ ਹੈਗਾ ਪ੍ਰੋਪਰਲੀ ਬੋਡੀ ਫਿਟਿੰਗ ਵਾਲਾ ਫੈਬਰਿਕ ਹੋਏਗਾ ਇਹ ਹੈਗਾ ਜੀ ਡਿਜ਼ਾਈਨ ਨੰਬਰ 2 ਹੋਏਗਾ 8800 ਦੀ ਰੇਂਜ ਹੋਏਗਾ ਜੀ ਸਾਢੇ ਪੰਜ ਮੀਟਰ ਦੀ ਸਾੜੀ 1 ਮਿੰਟ ਦਾ ਬਲਾਊਜ਼ ਬਹੁਤ ਹੀ ਸ਼ਾਨਦਾਰ ਸਾੜੀ ਜੀ ਔਰ 3rd ਸਾੜੀ ਆਏਗੀ ਸਾੜੀ ਆਏਗੀ ਜੀ ਡਿਜ਼ਾਈਨਰ ਰਿਤੂ ਕੁਮਾਰ ਦੀ ਸਾੜੀ ਹੈਗੀ ਆ ਇਹ ਆਏਗੀ ਜੀ ਪਿਓਰ ਸ਼ਮੋਇ ਜਣੇਗੀ ਸੈਟਨ ਸ਼ਮੋਇ ਦਾ ਇਹ ਫੈਬਰਿਕ ਬਹੁਤ ਹੀ ਕੰਫਰਟੇਬਲ ਔਰ ਤੁਸੀਂ ਕੰਮ ਦੇਖੋ ਸਿਸਟਰ ਜੀ ਔਰ ਰੇਂਜ ਸੁਣ ਕੇ ਤੁਸੀਂ ਬਲੀਵ ਨਹੀਂ ਕਰ पाओगे ਜਿਸ ਰੇਂਜ 'ਚ ਸਾੜੀ ਹੋਏਗੀ ਨੀਚੇ ਟਿਕਾ ਦੇ ਆ ਲੋ ਆ ਲੋ ਇਸ ਤਰ੍ਹਾਂ ਆਏਗਾ ਜੀ ਪ੍ਰੋਪਰ ਸਕੈਲਪਿੰਗ ਵਾਲਾ ਬਾਰਡਰ ਹੋਏਗਾ ਟੋਟਲ ਆਲਓਵਰ ਸਾੜੀ ਸਸਤਾ ਜੀ ਹੋਏਗੀ ਸਕੈਲਪਿੰਗ ਬਾਰਡਰ ਦੇ ਅੰਦਰ ਜੀ ਕਿਆ ਬਾਤ ਹੈ ਕਿਉਂਕਿ ਸਭ ਤੋਂ ਮਹੀਨ ਵੋਕਾ बटे ਸਾੜੀ ਆਪਨ ਮਿਲੀ ਆ ਆਫਰ ਦੇ ਅੰਦਰ ਔਰ ਇਹ ਪ੍ਰੋਪਰ ਆਲਓਵਰ ਸਾੜੀ ਸਟੈਂਡਰਡ ਸਾਈਜ਼ ਦੀ ਔਰ ਆ ਆਏਗਾ ਸਸਤਾ ਜੀ ਇਹਦਾ ਬਲਾਊਜ਼ ਸਭ ਸਾੜੀ ਨਾਲ ਬਲਾਊਜ਼ ਇਨਕਲੂਡਡ ਹੋਣਗੇ ਕੋਈ ਵੀ ਐਸੀ ਸਾੜੀ ਨਹੀਂ ਹੋਏਗੀ ਜਦਾ ਬਲਾਊਜ਼ ਨਾ ਹੋਵੇ ਇਹ ਆਏਗੀ ਬਲਾਊਜ਼ ਦੀ ਬੈਕ ਆਏਗੀ ਔਰ ਸੇਮ ਬਾਰਡਰ ਹੋਏਗਾ ਬਾਜ਼ੂ ਦੇ ਉੱਪਰ ਟੋਟਲੀ ਆਲਓਵਰ ਸਾਢੇ 6 ਮੀਟਰ ਦੀ ਸਾੜੀ ਅਸੀਂ ਸਾਢੇ 5 ਮੀਟਰ ਦੀ ਸਾੜੀ ਹੋਏਗੀ ਨਾਲ 1 ਮੀਟਰ ਦਾ ਬਲਾਊਜ਼ ਬਹੁਤ ਹੀ ਕਲਾਸੀ ਆਰਟੀਕਲ ਇਹ ਆਏਗਾ ਜੀ ਡਿਜ਼ਾਈਨ ਨੰਬਰ ਸਿਸਟਰ ਹੀ ਹੋਏਗਾ 3 ਔਰ ਰੇਂਜ ਹੋਏਗੀ 50 740 ਰੁਪੀਸ ਓਨਲੀ 4 5740 ਦੀ ਰੇਂਜ ਦੇ ਅੰਦਰ ਆਏਗਾ ਜੀ ਆਰਟੀਕਲ ਨੰਬਰ ਮੇਰਾ 3 ਔਰ ਨੈਕਸਟ ਆਰਟੀਕਲ ਆਏਗਾ ਜੀ ਸਾਡਾ ਫਰੋਜ਼ੀ ਕਲਰ ਦੇ ਅੰਦਰ ਆਏਗਾ ਪਿਓਰ ਸ਼ੈਨੇਜ ਸਾਰੀ ਹੈਗੀ ਪਿਓਰ ਸ਼ੈਨੇਜ ਸਾਰਾ ਪੌਲ ਦੇ ਬਾਰਡਰ ਦੇ ਨਾਲ ਆਹ ਲੋ ਜੀ ਇਹ ਸਾਰਾ ਪੌਲ ਦਾ ਵਾਕ ਹੋਏਗਾ ਸਾਰਾ ਬਾਰਡਰਿੰਗ ਸਟਾਈਲ ਹੋਏਗੀ ਇਹਦੀ ਪੌਲ ਵਾਕ ਚ ਟੋਨ ਟੂ ਟੋਨ ਵਾਕ ਕੀਤਾ ਹੋਇਆ ਵਾ ਔਰ ਇਹ ਆਏਗਾ ਜੀ ਪਿਓਰ ਦਾ ਫਰੋਜ਼ੀ ਕਲਰ ਜੀ ਇਹ ਟੋਟਲ ਆਲ ਓਵਰ ਸਾਰੀ ਆ ਜੀ ਪਿਓਰ ਸ਼ੈਨੇ ਦੀ ਇਹਦੇ ਪਾਸ ਸਾਰਾ ਵਰਕ ਦੇਖੋ ਨਾ ਕਿੰਨਾ ਕਲਾਸੀ ਵਰਕ ਕੀਤਾ ਹੋਇਆਗਾ ਪ੍ਰੋਪਰ ਸਟੌਨ ਟੂ ਟੋਨ ਪੌਲ ਵਰਕ ਜੀ ਔਰ ਇਹਨਾਂ ਆਏਗਾ ਜੀ ਬਲਾউজ ਬਲਾউজ ਜੀ ਪ੍ਰੋਪਰ ਉਸੇ ਤਰ੍ਹਾਂ ਬਾਜੂ ਬਣੇ ਹੋਣਗੇ ਹੈਵੀ ਔਰ ਇਸੇ ਤਰ੍ਹਾਂ ਬੈਕ ਤੇ ਕੰਮ ਕੀਤਾ ਹੋਇਆਗਾ ਕਿਉਂਕਿ ਸਾਰੀਆਂ ਦੇ ਉੱਪਰ ਤੁਹਾਨੂੰ ਬੈਕ ਤੇ ਕੰਮ ਮਿਲੇਗਾ ਹੀ ਮਿਲੇਗਾ ਆ ਦੇਖੋ ਆ ਬਾਜੂ ਨੇ ਜੀ ਉਹ ਸਾਰਾ ਸੇਮ ਬਾਰਡਰ ਬੈਕ ਤੇ ਆ ਵਾਲਾ ਤੇ ਨਾਲ ਦੋਨੇ ਸਲੀਵਸ ਤੇ ਵਰਕ ਆ ਤੇ ਆਲ ਓਵਰ ਸਾਰੀ ਆ ਜੀ ਇਹ ਬਲੂ ਕਲਰ ਦੇ ਅੰਦਰ ਇਹ ਆਇਗਾ ਜੀ ਸ਼ਾਨ ਨੇ ਫੈਬ੍ਰਿਕ ਜੀ ਪਿਓਰ ਦਾ ਇਹ ਫੈਬ੍ਰਿਕ ਹੈਗਾ ਵਾ ਟੋਨ ਬਹੁਤ ਅੱਛੀ ਹੈ ਇਹ ਪ੍ਰੋਪਰ ਤੁਹਾਨੂੰ ਅਸੀਂ ਫਾਲ ਫਿਨਿਸ਼ਿੰਗ ਕਰਾ ਕੇ ਦਵਾਂਗੇ ਉਹਦੇ ਕੋਈ ਵੀ ਚਾਰजेस ਨਹੀਂ ਹੋਣਗੇ ਔਰ ਇਹ ਆਇਗਾ ਸੀ 9110 9110 ਦੀ ਰੇਂਜ ਹੋਏਗੀ ਜੀ ਆਰਟੀਕਲ ਨੰਬਰ 4 ਔਰ ਇਹ ਨੈਕਸਟ ਆਰਟੀਕਲ ਆਇਗਾ ਜੀ ਸਤਿਆਪਾਲ ਸਭ ਨੇ ਨਾਮ ਸੁਣਿਆ ਹੋਵੇਗਾ ਵੋਲਟ ਫੇਵਰਿਟ ਡਿਜ਼ਾਈਨਰ ਨੇ ਬ੍ਰਾਂਡ ਆ ਜੀ ਆਪਣੇ ਆਪ ਦੇ ਅੰਦਰ ਇੱਕ ਬਹੁਤ ਅੱਛੀ ਡ्रेसेस ਆਂਦੀਆਂ ਨੇ ਔਰ ਸਭ ਤੋਂ ਪਹਿਲਾਂ ਸਾਰੀਆਂ ਲਾਂਚ ਕਰਦੇ ਨੇ ਸਾਰੀਆਂ ਪ੍ਰਿੰਟਡ ਸਾਰੀਆਂ ਜੀ ਜਿਵੇਂ ਬੱਚੇ ਨੇ ਫੇਵਲ ਪਾਰਟੀ ਦੇ ਵੇਅਰ ਕਰਨੀ ਆ ਕੋਈ ਤੁਸੀਂ ਥੋੜੀ ਮੈਰਿਜ ਹੋ ਰਹੀ ਹੈ ਤੁਸੀਂ ਸ਼ੋਸ਼ੀ ਸ਼ਾਪਿੰਗ ਕਰ ਰਹੇ ਹੋ ਤਰੂਜ਼ੋ ਵਾਸਤੇ ਦਾਇਵਰੀ ਵਾਸਤੇ ਇੱਕ ਦੋ ਵਸੇ ਡਿਮਾਂਡ ਹੈ ਕਿਤੇ ਵੀ ਵੇਅਰ ਕਰੋ ਕੋਈ ਬਰਥਡੇ ਪਾਰਟੀ ਆ ਕਿਤੇ ਵੀ ਤੁਸੀਂ ਇਹ ਵੇਅਰ ਕਰ ਸਕਦੇ ਨਾਲ ਪਲੇਨ ਬਲਾਊਜ਼ ਹੈ ਜੀ ਦਾ ਬਲਾਊਜ਼ ਤੇ ਵੀ ਪੂਰਾ ਵਾਕ ਹੋਏਗਾ ਸਾਰਾ ਬੈਕ ਤੇ ਵਾਕ ਕੀਤਾ ਔਰ ਅਨੀਅਨ ਪਿੰਕ ਕਲਰ ਦੀ ਸਾਰੀ ਇਹ ਹੈਗਾ ਜੀ ਪਿਓਰ ਟਿਸ਼ੂ ਗਲਾਸ ਦਾ ਫੈਬਰਿਕ ਸਭ ਤੋਂ ਟ੍ਰੈਂਡੀ ਆਰਟੀਕਲ ਹੈਗਾ ਜੀ ਔਰ ਸਭ ਤੋਂ ਵੱਡਾ ਆਰਟੀਕਲ ਹੈ ਬ੍ਰਾਂਡ ਦੀ ਸਾਰੀ ਹੋਏਗੀ ਬਹੁਤ ਹੀ ਨੈਟ ਐਂਡ ਕਲੀਨ ਅੰਦਰ ਜੀ ਇਹ ਆਏਗਾ ਜੀ ਆਰਟੀਕਲ ਅੰਬਲ ਹੋਏਗਾ ਸਸਜ ਜੀ ਮੇਰਾ 5 ਨੰਬਰ ਔਰ ਰੇਂਜ ਹੋਏਗੀ ਵੈਰੀ ਜਨਰਲ ਪ੍ਰਾਈਸ ਆਜੀ 77 ਐਂਡ 20 ਰੁਪੀਸ ਓਨਲੀ ਬੋ 7720 ਦੀ ਰੇਂਜ ਦੇ ਅੰਦਰ ਜੀ ਔਰ ਨੈਕਸਟ ਆਰਟੀਕਲ ਆਏਗਾ ਜੀ ਸਾਡਾ ਪਿਓਰ ਸ਼ਮੋਏ ਡਾਈਂਗ ਦੇ ਅੰਦਰ ਸਤਿਆ ਬੋਲ ਤੋਂ ਇਲਾਵਾ ਸੱਬਿਆ ਸਾਥੀ ਮਨੀਸ਼ ਲੋਤਰਾ ਰਿਤੂ 베ਰੀ ਨੀਤਾ ਡੋਂਗਰੇ ਸੀਮਾ ਗੁਜਰਾਲ ਔਰ ਪਾਇਲ ਕੇਰ ਦੇ ਅੱਛੇ ਅੱਛੇ ਬ੍ਰਾਂਡ ਦੀ ਤੁਹਾਨੂੰ ਸਾੜੀ ਮਿਲਣਗੀ ਆਜੀ ਵੀਡੀਓ ਦੇ ਅੰਦਰ ਆ ਦੇਖੋ ਸਾੜੀ ਸਸਤਾ ਜੀ ਫਸਟ ਟਾਈਮ ਇੰਟਰੋਡਿਊਸ ਹੋਇਆ ਜੀ ਪਿਓਰ ਬਲੂ ਚੀਡ ਡਾਈਂਗ ਦੇ ਅੰਦਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਫੈਬਰਿਕ ਆ ਪਿਓਰ ਸ਼ਮੋਏ ਡੋਪੀਨ ਦਾ ਇਹ ਫੈਬਰਿਕ ਹੋਏਗਾ ਜੀ ਗ੍ਰੀਨ ਟੱਚ ਹੈਗਾ ਵਾ ਬਲੂ ਟੱਚ ਹੋਏਗਾ ਗ੍ਰੇ ਟੱਚ ਹੋਏਗਾ ਇਸ ਤਰ੍ਹਾਂ ਹੀ ਆਲ ਓਵਰ ਸਾੜੀ ਟੋਟਲ ਆਲ ਓਵਰ ਸਾੜੀ ਇਸੇ ਤਰ੍ਹਾਂ ਆਏਗੀ ਔਰ ਆਏਗੀ ਸਕਰਟ ਜੋ ਤੁਸੀਂ ਵੇਅਰ ਕਰੋਗੇ ਵਾਕ ਕਰੋਗੇ ਤਾਂ ਸੈਂਟਰ ਚ ਥੋੜੀ ਜਿਹੀ ਸਕਰਟ ਨਜ਼ਰ ਆਏਗੀ ਉਹ ਆਏਗੀ ਬਲੂ ਕਲਰ ਦੀ ਜੀ ਨਾਲ ਜਿਹੜਾ ਦਾ ਬਲਾਊਜ਼ ਹੈਗਾ ਵਾ ਉਹ ਵੀ ਬਹੁਤ ਟ੍ਰੈਂਡੀ ਹੋਣ ਵਾਲਾ ਵਾ ਔਰ ਇਹਦਾ ਬਲਾਊਜ਼ ਲਾਏਗਾ ਜੀ ਆਏਗਾ ਗ੍ਰੀਨ ਕਲਰ ਦਾ ਉਗੀ ਦਾ ਪੱਲੂੜਾ ਬਲੂ ਕਲਰ ਦਾ ਵਾ ਕੰਟਰਾਸਟਿੰਗ ਸਾੜੀ ਹੋਏਗੀ ਬੈਕ ਤੇ ਨੈਕ ਬਣਿਆ ਹੋਇਆ ਵਾ ਸਾਈਡ ਤੇ ਬਾਜ਼ੂ ਬਣੇ ਹੋਏ ਨੇ ਔਰ ਪ੍ਰੋਪਰ ਫਾਲਿੰਗ ਫੈਬਰਿਕ ਆ ਔਰ ਬਹੁਤ ਹੀ ਪਿਆਰਾ ਤੇ ਦੇਖ ਸਕਦੇ ਹੋ ਸਿਸਟਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਨਾਲ ਦੀ ਨਾਲ ਸ਼ੇਅਰ ਕਰੋ ਕਿ ਵੀਡੀਓ ਹਰ ਪਰਸਨ ਤੱਕ ਇਹ ਪਹੁੰਚ ਸਕੇ ਔਰ ਹਰ ਪਰਸਨ ਇਹ ਚੀਜ਼ਨ ਨੂੰ ਸਲਾਮਸ਼ੁਆ ਕਰਕੇ ਪਰਿਵਾਰ ਦੇ ਨਾਲ ਬਾਏ ਕਰ ਸਕਣ ਜੀ ਇਹ ਆ ਕਿ ਜੀ 14220 14220 ਰੁਪੀਜ਼ ਓਨਲੀ ਫੋਰ 2 ਡਿਜ਼ਾਈਨ ਲਾਂਚ ਹੋਏ ਨੇ ਪਿਓਰ ਬਨਾਰਸੀ ਦੇ ਅੰਦਰ ਜੀ ਸਿਸਟਰ ਜੀ ਸਭ ਤੋਂ ਫੋਰਐਵਰ ਸਾੜੀ ਆ ਕਦੀ ਵੀ ਆਊਟ ਆਫ ਫੈਸ਼ਨ ਹੋਣ ਵਾਲੀ ਇਹ ਸਾੜੀ ਨਹੀਂ ਹੈਗੀ ਨੇਵੀ ਬਲੂ ਕਲਰ ਜੀ ਇਹਦੇ ਉੱਪਰ ਇਸ ਤਰ੍ਹਾਂ ਸਾਰਾ ਵੀਵਿੰਗ ਵਾਲੇ ਪੱਲੂ ਦੇ ਉੱਪਰ ਸਾਰਾ ਕੜਦਾਣੇ ਦੀ ਔਟਿੰਗ ਕੀਤੀ ਹੋਈ ਹੈ ਬਹੁਤ ਪਿਆਰੀ ਇਹ ਇਸ ਤਰ੍ਹਾਂ ਹੀ ਆਲ ਓਵਰ ਸਾੜੀ ਹੋਏਗੀ ਨੇਵੀ ਬਲੂ ਕਲਰ ਚ ਔਰ ਜਿਹੜੇ ਪਾਈਪਿੰਗ ਕੀਤੀ ਹੋਈ ਹੈ ਗ੍ਰੀਨ ਕਲਰ ਦੀ ਉਸ ਕਲਰ ਦਾ ਨਾਲ ਬਲਾਊਜ਼ ਹੋਏਗਾ ਜੀ ਦਾ ਹਾਲੇ ਕੋ ਜੀ ਇਹਨਾਂ ਦੇ ਬਲਾਉਜ਼ਸ ਪਲੇਨ ਹੁੰਦੇ ਨੇ ਇਸ ਦਾ ਨੇ ਬਾਰਡਰ ਤੇ ਹਾਈਲਾਈਟ ਕੀਤਾ ਹੈਗੇ ਤੁਸੀਂ ਬੈਕ ਤੇ ਸੈਟ ਕਰ ਲਓ ਜਾਂ 슬ੀਵਸ ਲਗਾ ਲਓ ਤੁਹਾਡੀ ਚੁਆਇਸ ਹੁੰਦੀ ਹੈ ਕਿਉਂਕਿ ਇਹਨਾਂ ਦੇ ਸਾਰੀਆਂ ਦੇ ਬਲਾਉ ਤੁਸੀਂ ਬਾਰਡ ਨੈਕ ਕਰ ਸਕਦੇ ਹੋ ਬੈਕਲੈਸ ਕਰ ਸਕਦੇ ਹੋ ਸਟੈਪੀ ਬਲਾਉਜ਼ ਕਰ ਸਕਦੇ ਹੋ ਬਹੁਤ ਤਰ੍ਹਾਂ ਦੀ ਆਪਸ਼ਨ ਹੁੰਦੀ ਆ ਉਹ ਤੁਹਾਡੀ ਚੁਆਇਸ ਆ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਰੈਡੀ ਕਰਨਾ ਵਾ ਉਹ ਤੁਹਾਨੂੰ ਪ੍ਰੋਪਰ ਦੋਸੇ ਨੰਬਰਾਂ ਤੇ ਜਦੋਂ ਕੰਟੈਕਟ ਕਰੋਗੇ ਅਗਰ ਤੁਹਾਨੂੰ ਸਾੜੀ ਨਹੀਂ ਵੇਅਰ ਕਰਨੀ ਆਂਦੀ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਹੈਗਾ ਜੀ 7250 ਓਨਲੀ 4 7250 ਦੀ ਰੇਂਜ ਦੋ ਆਰਟੀਕਲ ਲਾਂਚ ਹੋਏ ਨੇ ਸੈਕੰਡ ਆਰਟੀਕਲ ਆਏਗਾ ਜੀ ਚੈਰੀ ਰੈਡ ਕਲਰ ਦੇ ਅੰਦਰ ਜੀ ਆ ਦੇਖੋ ਪਿਆਰੀਆਂ ਸਾੜੀਆਂ ਨੇ ਇਹ ਸਾੜੀਆਂ ਐਸੀਆਂ ਨੇ ਕਿ ਤੁਸੀਂ ਬਸ ਹੁੱਕ ਲਗਾਓ ਪੱਲਾ ਲਓ ਸਾੜੀ ਰੈਡੀ ਜੀ ਤੁਸੀਂ ਜਿਸ ਤਰ੍ਹਾਂ ਆਪਣੀ ਹਾਈਟ ਸੈੱਡ ਕਰਦੇ ਹੋ ਔਰ ਆਪਣੀ ਵੇਸ ਜੀਨ ਦੀ ਵੇਸ ਉਹਦੇ ਕੋੜੀ ਤੁਹਾਨੂੰ ਕਰਕੇ ਦੇਵਾਂਗੇ ਰੈਡੀ ਟੂ ਵੇਅਰ ਆ ਦੇਖੋ ਪੱਲੂ ਦਾ ਸਟਾਈਲ ਇਹਦੀ ਵੀਵਿੰਗ ਦੀ ਲੁੱਕ ਹੋਏਗੀ ਬਹੁਤ ਹੀ ਪਿਆਰ ਹੀ ਔਰ ਸਮਾਰਟਨੈਸ ਸਾੜੀ ਅੱਜ ਘਰ ਚ ਫੈਮਿਲੀ ਫੰਕਸ਼ਨ ਆ ਖੁਦ ਦੀ ਵੈਡਿੰਗ ਹੈਗੀ ਆ ਕਿਸ ਨੂੰ ਗਿਫਟ ਕਰਨੀ ਆ ਤਾਂ ਪਿਓਰ ਦੀਆਂ ਸਾੜੀਆਂ ਆਈਆਂ ਨੇ ਆਫਰ ਪ੍ਰਾਈਸ ਦੇ ਅੰਦਰ ਸਿਸਟਰ ਜੀ ਇਸ ਤਰ੍ਹਾਂ ਹੀ ਹੋਏਗੀ ਆਲ ਓਵਰ ਸਾੜੀ ਪ੍ਰੋਪਰ ਨੀਟ ਬਾਰਡਰ ਤੇ ਸਾਰਾ ਕਰਦਾਨੇ ਦਾ ਤੇ ਨਕਸ਼ੀ ਦਾ ਵਰਕ ਕੀਤਾ ਹੋਏਗਾ ਆਲ ਓਵਰ 5.5 ਮੀਟਰ ਦੀ ਸਾੜੀ ਨਾਲ ਸੇਮ ਫੈਬਰਿਕ ਪਿਓਰ ਜੋੜਦਾ 1 ਮੀਟਰ ਦਾ ਬਲਾਊਸ ਬਹੁਤ ਹੀ ਕੰਫਰਟੇਬਲ ਡਿਜ਼ਾਈਨਰ ਲੁੱਕ ਹੋਏਗੀ ਔਰ ਤੁਸੀਂ ਇਸ ਤਰ੍ਹਾਂ ਸਟਿਚ ਕਰਾ ਸਕਦੇ ਹੋ ਬਸ ਡਰੇਪ ਬਣਾ ਸਕਦੇ ਹੋ ਤੁਹਾਡੀ ਚੁਆਇਸ ਹੈਗੀ ਆ ਹੋਰਿੰਗ ਦੇ ਕੋਸਾ ਸਾਜੀ ਚੈਰੀ ਰੈਡ ਕਲਰ ਦੀ ਸਾੜੀ ਹੈ ਕੋਈ ਕਲਰ ਹੀ ਬਹੁਤ ਇਹ ਰੀਅਲ ਆਂਦੇ ਨੇ 8960 ਓਨਲੀ 4 8900 ਸੜ ਦੀ ਰੇਂਜ ਇੱਕ ਆਪਣੇ ਕੋ ਬਹੁਤ ਹੀ ਲਾਈਟ ਵੇਟ ਸਾੜੀ ਆਈ ਹੈ ਜੀ ਆਫਰ ਦੇ ਅੰਦਰ ਸਿਰਫ ਤਿੰਨ ਪੀਸ ਲਾਂਚ ਹੋਏ ਨੇ ਤਾਂ ਸਭ ਤੋਂ ਪਹਿਲਾਂ ਜਿਹਦੇ ਤਿੰਨ ਕਸਟਮਰਾਂ ਦੀ ਪੇਮੈਂਟ ਡਨ ਹੋ ਜਾਏਗੀ ਜਾਂ ਸਕਰੀਨਸ਼ਾਟ ਆਣਗੇ ਨੰਬਰ 'ਤੇ ਉਹ ਕਸਟਮਰ ਹੀ ਲੈ ਪਾਣਗੇ ਕੋਈ ਰਿਕਵੈਸਟ ਆ ਕੋਈ ਸਿਰਫ ਤਿੰਨ ਪੀਸ ਹੀ ਮਿਲ ਪਾਏ ਨੇ ਪਿਓਰ ਔਰਗੈਂਜ਼ਾ ਦੀ ਸਾੜੀ ਆ ਇਸ ਤਰ੍ਹਾਂ ਸਾਰੇ ਡੀ ਡੀ ਬਲੋਰੀ ਦਾ ਵਰਕ ਕੀਤਾ ਹੋਇਆ ਬਾ ਜਿਵੇਂ ਅੱਜ ਕਾ ਦੇ ਦੇ ਸੀਰੀਅਲ ਦੇ ਦੇ ਅਸੀਂ ਪ੍ਰੋਪਰ ਕੋਈ ਵੀ ਸੀਰੀਅਲ ਦੇਖਦੇ ਹੋ ਹਨੂ ਪਮਾ ਦੇਖਦੇ ਹੋ ਜਾਂ ਸਾਸ ਵੀ ਕੋਈ ਬਹੁਤ ਹੀ ਕੋਈ ਵੀ ਤੁਸੀਂ ਪਿਕਚਰ ਦੇਦੇ ਹੋ ਤੁਹਾਨੂੰ ਸਾਰੀਆਂ ਜੀ ਮਿਲਦੀਆਂ ਨੇ ਡਿਜ਼ਾਈਨਰ ਲੋਕ ਦੀ ਸਾਰੀਆਂ ਮਿਲਣਗੀਆਂ ਇਸ ਤਰ੍ਹਾਂ ਬਲਾਊਜ਼ ਬਣਿਆ ਹੋਇਆ ਪ੍ਰੋਪਰ 42 ਤੱਕ ਰੈਡੀ ਹੋ ਜਾਏਗਾ ਤਿੰਨ ਸਾਈਜ਼ ਨੇ 38 40 ਐਂਡ 42 ਇਹ ਤਿੰਨ ਸਾਈਜ਼ ਹੀ ਮਿਲ ਸਕਦੇ ਨੇ ਕਿਉਂਕਿ ਇਹ ਸਾੜੀ ਬੈਸੇ ਸੀਗੀ 8500 ਦੀ ਔਰ ਆਪਣੇ ਨੂੰ ਮਿਲੇਗੀ ਬਹੁਤ ਹੀ ਰੀਜ਼ਨਬਲ ਰੇਂਜ ਓ ਹੋ ਹੋ ਕੀ ਬਾਤ ਹੈ ਜੀ ਸਿਸਟਰ ਜੀ ਸਿਰ 3760 ਹਾਂ ਜੀ ਤੁਸੀਂ ਸਹੀ ਸੁਣ ਰਹੇ ਹੋ 3760 ਦੀ ਰੇਂਜ ਹੋਏਗੀ ਬਹੁਤ ਹੀ ਕਲਾਸੀ ਸਾੜੀ ਦੀ ਤੇ ਇੱਕ ਅਲੀ ਦਿਖਾਣ ਜਾ ਰਹੇ ਆ ਬ੍ਰਾਂਡ ਦੀ ਸਾੜੀ ਆਏਗੀ ਜੀ ਸੀਮਾ ਗੁਜਰਾਲ ਵੋਲਡ ਡਿਜ਼ਾਈਨਰ ਫੇਮਸ ਡਿਜ਼ਾਈਨਰ ਨੇ ਸਭ ਨੇ ਨਾਮ ਸੁਣਿਆ ਹੋਏਗਾ ਜੀ ਸਾਰਾ ਇਹ ਪੱਲੂ ਤੇ ਵਰਕ ਕੀਤਾ ਬਹੁਤ ਪਿਆਰਾ ਸਾਰਾ ਡਮੋਂਟਿੰਗ ਦਾ ਵਰਕ ਆ ਉਹ ਆਏਗਾ ਜੀ ਜਸਟ ਪੱਲੂ ਦੇ ਉੱਪਰ ਆਏਗਾ ਸਾਰੀ ਪਿਓਰ ਟਿਸ਼ੂ ਦੀ ਸਾੜੀ ਹੈ ਔਰ ਨੀਚੇ ਜਿਹੜਾ ਬਾਰਡਰ ਆਏਗਾ ਸਕਰਟ ਚੂਆ ਵਾਲਾ ਲਾਈਟ ਬਾਰਡਰ ਆਏਗਾ ਜੀ ਔਰ ਨਾਲ ਇਹਦੇ ਨਾਲ ਦਿਖਾਵਾਂਗੇ ਬਲਾਊਜ਼ ਜਿਹੜਾ ਆਏਗਾ ਰੈਡੀਮੇਡ ਬਲਾਊਜ਼ ਆ ਜੀ ਦਾ ਕਿਉਂਕਿ ਇਹ ਬ੍ਰਾਂਡ ਦੀ ਸਾੜੀ ਆ ਸਭ ਤੋਂ ਵੱਡੀ ਗੱਲ ਆ ਜਿਹੜਾ ਵਰਕ ਕੀਤਾ ਵਾ ਸਾਰਾ ਇੰਪੋਰਟ ਵਰਕ ਹੋਏਗਾ ਜੀ ਆ ਦੇਖੋ ਸਿਸਟਰ ਜੀ ਆ ਇਹਦਾ ਬਲਾਊਜ਼ ਹੈਗਾ ਵਾ ਪ੍ਰੋਪਰ ਸਾਈਡ ਤੇ ਵਰਕ ਕੀਤਾ फ्रंट ਹੈਗੀਆ ਇਸ ਤਰ੍ਹਾਂ ਬੈਕ ਹੋਏਗੀ ਬਹੁਤ ਹੀ ਕਲਾਸੀ ਮਾਊਸ ਕਲਰ ਸਾੜੀ ਹੋਏਗੀ ਮਾਊਸ ਕਲਰ ਅੰਦਰ ਜੀ ਡਿਜ਼ਾਈਨ ਨੰਬਰ 10 ਹੋਏਗਾ ਜੀ ਆਪਣਾ ਔਰ ਰੇਂਜ ਹੋਏਗੀ 20160 ਦੀ ਰੇਂਜ 20000 ਐਂਡ 160 ਰੁਪੀਆਸ ਓਨਲੀ ਫੋਰ ਬਹੁਤ ਹੀ ਕਲਾਸੀ ਤਾਂ ਵੀਡੀਓ ਨੂੰ ਬាទ ਤੋਂ ਬਾਤ ਸ਼ੇਅਰ ਕਰੋ ਕਮੈਂਟ ਕਰੋ ਕਿ ਤੁਹਾਨੂੰ ਸਾੜੀ ਕਿਦਾਂ ਲੱਗ ਰਹੀਆਂ ਨੇ ਔਰ ਬਹੁਤ ਹੀ ਨੰਬਰ 1 ਸਾੜੀਆਂ ਨੇ ਜੀ ਕੁਝ ਸਾਨੂੰ ਪਤਾਵਾ ਪ੍ਰੋਡਕਸ਼ਨ ਘਟ ਹੁੰਦੀ ਹੈ ਸਾੜੀ ਦੀ ਸੇਲ ਵੱਧ ਹੁੰਦੀ ਹੈ ਤਾਂ ਅਸੀਂ ਆਪਣੇ ਖੁਦ ਦੇ ਡਿਜ਼ਾਈਨਰ ਹਾਇਰ ਕੀਤੇ ਹੋਏ ਨੇ ਤਾਂ ਉਹਨਾਂ ਤੋਂ ਰੈਡੀ ਕੁਵਾਰੇਆਂ ਬ੍ਰਾਂਡ ਦੀਆਂ ਸਾੜੀਆਂ ਇੱਕ ਆ ਨਿਊ ਫੈਬਰਿਕ ਆ ਜੀ ਸਾਰਾ ਸਟੈਚੇਬਲ ਲਵ ਫੈਬਰਿਕ ਹੋਏਗਾ ਬਹੁਤ ਹੀ ਕਲਾਸੀ ਫੈਬਰਿਕ ਹੈਗਾ ਵਾ ਔਰ ਇਹ ਵੀ ਤੁਸੀਂ ਵੇਅਰ ਕਰ ਸਕਦੇ ਹੋ ਰੈਡੀमेड ਬਣਾ ਸਕਦੇ ਹੋ ਇਹ ਆਏਗਾ ਜੀ ਗ੍ਰੀਨ ਕਲਰ ਚ ਬਸ ਇਸ ਤਰ੍ਹਾਂ ਦੀਆਂ ਸਾੜੀਆਂ ਸਾਰੀ ਆਲ ਓਵਰ ਇਸ ਤਰ੍ਹਾਂ ਦੇ ਮੋਟਿਵ ਬਣੇ ਹੋਏ ਨੇ ਜਦੋਂ ਤੁਸੀਂ ਵਾਕ ਕਰੋਗੇ ਸੈਂਟਰ ਚ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਗੁਲਾਬ ਦੇ ਫੁੱਲ ਬਣੇ ਹੋਏ ਨੇ ਹੈਂਡਵਰਕ ਦੇ ਪਿਸਤਾ ਗ੍ਰੀਨ ਸਾੜੀ ਹੋਏਗੀ लाइक्रा टचबल फैब्रिक ਹੋਏਗਾ ਜੀ ਬੋਡੀ ਫਿਟਿੰਗ ਵਾਲਾ ਔਰ ਨਾਲ ਬਲਾউজ ਹੋਏਗਾ ਰੈਡੀमेड ਬਲਾউজ ਦੇ ਦਾ ਸਾਈਜ਼ ਉਹਨੂੰ ਤਿੰਨ ਮਿਲਣਗੇ 38 40 ਐਂਡ 42 ਸਾਰੇ ਨੋਟ ਕਰ ਲੋ ਤਿੰਨ ਸਾਈਜ਼ ਹੀ ਮਿਲ ਸਾਦੇ ਨੇ 38 40 ਐਂਡ 42 ਉਸ ਤੋਂ ਬਾਅਦ ਜੇ ਤੁਸੀਂ ਕੋਈ ਆਪਣਾ ਹੈਲਦੀ ਸਾਈਜ਼ ਰੈਡੀ ਕਰਵਾਣਾ ਵਾ ਉਹਦੇ ਵਾਸਤੇ ਟਾਈਮ ਚਾਹੀਦਾ 20 ਤੋਂ 25 ਡੇਸ ਦਾ ਤੁਸੀਂ ਕੋਈ ਵੀ ਸਾਈਜ਼ ਡਬਲ ਐਕਸਲ 3 ਐਕਸਲ 4 ਐਕਸਲ ਐਂਡ 5 ਐਕਸਲ ਕੋਈ ਵੀ ਐਕਸਲ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਆਏਗਾ ਜੀ 19380 ਓਨਲੀ 4 19380 ਦੀ ਰੇਂਜ ਔਰ ਇਸੇ ਡਿਜ਼ਾਈਨਰ ਦੇ ਦੋ ਪੀਸ ਲਾਂਚ ਹੋਏ ਨੇ ਬਹੁਤ ਹੀ ਪਿਆਰੇ ਲੋ ਜੀ ਇਹ ਆਏਗਾ ਜੀ ਸੈਕੰਡ ਆਰਟੀਕਲ ਜੀ ਡਿਜ਼ਾਈਨ ਨੰਬਰ 12 ਹੋਏਗਾ ਆਈਵਰੀ ਕਲਰ ਕਰੀਮਿਸ਼ ਤੋਂ ਉੱਪਰ ਡਾਰਕ ਹੁੰਦਾ ਆਈਵਰੀ ਕਲਰ ਔਰ ਆਏਗਾ ਜੀ ਟੇਪ ਚੀਕ ਵਾਕ ਆਏਗਾ ਦਾ ਪੱਲੂ ਦਾ ਡਿਜ਼ਾਈਨ ਆਏਗਾ ਬਹੁਤ ਪਿਆਰਾ ਐਸਾ ਫੈਦਰਸ ਲੱਗੇ ਹੋਏ ਨੇ ਔਰ ਇਸੇ ਤਰ੍ਹਾਂ ਦੇ ਸਕਰਟ ਚ ਤਿੰਨ ਮੋਟਿਵ ਆਣਗੇ ਜਿਹਾ ਮੜੇ ਆਹ ਦੇਖੋ ਜੀ ਇਸੇ ਤਰ੍ਹਾਂ ਦੇ ਤਿੰਨ ਮੋਟਿਵ ਇਸ ਤਰ੍ਹਾਂ ਥੋੜੀ ਸਕਰਟ ਚ ਆਣਗੇ ਜਦੋਂ ਤੁਸੀਂ ਵਾਕ ਕਰੋਗੇ ਤਾਂ ਇਸ ਤਰ੍ਹਾਂ ਦੇ ਮੋਟਿਵ ਨਜ਼ਰ ਆਣਗੇ 1 ਐਂਡ 2 ਐਂਡ 3 ਤਿੰਨ ਮੋਟਿਵ ਨੇ ਟੈਪਚੀ ਵਰਕ ਬੋਲਦੇ ਨੇ ਸਾਰਾ ਇਨਪੋਲਡ ਵਰਕ ਕੀਤਾ ਹੁੰਦਾ ਵਾ ਕਿਉਂਕਿ ਇਹ ਬ੍ਰਾਂਡ ਦੀਆਂ オリジナル ਸਾੜੀਆਂ ਨੇ ਆਹ ਲਓ ਜੀ ਸਬ ਤੇ ਬਲਾউজ ਰੈਡੀਮੇਡ ਨੇ ਸਾ ਬਲਾਉਜ਼ਸ অন ਅਲਟਰੇਸ਼ਨ ਅਸੀਂ ਕਰਕੇ ਦਵਾਂਗੇ ਫ੍ਰੀ ਆ ਕੋਸਟ ਕੋਈ ਵੀ ਚਾਰਜ ਨਹੀਂ ਹੋਏਗਾ ਦਾ ਸਾੜੀ ਦੀ ਫੋਲ ਫਿਨਿਸ਼ਿੰਗ ਚੋਰਕ ਟੋਟਲੀ एवरीथिंग ਫ੍ਰੀ ਹੋਏਗੀ ਜੀ एवरीथिंग ਫ੍ਰੀ ਸਿਰਫ ਸਾੜੀ ਦੀ ਸਟਿਚ ਕਰਾਣੀ ਹੈ ਉਹਦੇ ਚਾਰजेस ਹੋਣਗੇ ਬਾਕੀ ਕੋਈ ਵੀ ਤੁਹਾਡੇ ਚਾਰਜ ਨਹੀਂ ਹੋਣਗੇ ਮੈਂ ਬਾਬਾ ਤੁਹਾਨੂੰ ਦੱਸ ਰਿਹਾ ਵਾਂ ਕੋਈ ਵੀ ਪੈਸੇ ਨਹੀਂ ਹੋਣਗੇ ਫੋਲ ਫਿਨਿਸ਼ਿੰਗ ਚੋਰਕ ਔਰ ਬਲਾਉਜ਼ ਦੀ ਅਲਟਰੇਸ਼ਨ ਟੋਟਲੀ ਫ੍ਰੀ ਆ ਕੋਸਟ 15510 ਰੁਪੀਓਂਲੀ ਫੋਰ 15510 ਦੀ ਰੇਂਜ ਦੇ ਅੰਦਰ ਲਾਜ਼ਵਾ ਬਾਰਟੀਕਲ ਨੇ ਬਹੁਤ ਹੀ ਬਿਹਤਰੀਨ ਆਰਟੀਕਲ ਨੇ اور ਇੱਕ ਹੋਰ ਡਿਜ਼ਾਈਨ ਆ ਗਿਆ ਜੀ ਸੀਮਾ ਗੁਜਰਾਲ ਦਾ ਇਹ ਸੀਕਵੈਂਸ ਦੇ ਨਾਲ ਆਇਆ ਜੀ ਪ੍ਰੋਪਰ ਦੇਖੋ ਵਾਕ ਆ ਸਸਟਰ ਜੀ ਨਾਟ ਐਡਿਟਡ ਪ੍ਰਿੰਟਡ ਆ ਦੇਖੋ ਸਾਰਾ ਸੀਕਵੈਂਸ ਆਫ ਵਰਕ ਕਿਤਾਬਾ ਡਿਜ਼ਾਈਨਿੰਗ ਦੀ ਲੁੱਕ ਬਹੁਤ ਸ਼ਾਨਦਾਰਾ ਔਰ ਆਏਗੀ ਸਕਰਟ ਦੀ ਯਾਨੀ ਪੱਲੂ ਸਾਰਾ ਪ੍ਰਿੰਟਿਡ ਸਾਈਪ ਬਣਿਆ ਹੋਇਆ ਵਾ ਸਕਰਟ ਹੋਏਗੀ ਸਾਰੇ ਸੀਕਵੈਂਸ ਬਲੂ ਕਲਰ ਦੀ ਔਰ ਇਹਦਾ ਬਲਾਊਜ਼ ਹੋਏਗਾ ਬਹੁਤ ਹੀ ਲਾਜਵਾਬ ਔਰ ਆਏਗਾ ਜੀ ਡਿਜ਼ਾਈਨਰ ਲੁੱਕ ਸਮਥਿੰਗ ਕਲਾਸੀ ਐਂਡ ਨਾਲ ਬਾਜ਼ੂ ਦਿੱਤੇ ਹੋਏ ਨੇ ਡਿਜ਼ਾਈਨਰ ਵੱਲੋਂ ਹਾਫ 슬ੀਵਸ ਔਰ ਕਿਉਂਕਿ ਬਹੁਤ ਘੱਟ ਬਾਜ਼ੂ ਵਿਵੇਅਰ ਕਰਦੇ ਨੇ ਗਰਲਜ਼ ਔਰ ਲੇਡੀਜ਼ ਅਗਰ ਲਗਵਾਨ ਨੇ ਤਾਂ ਇਨਕਲੂਡ ਬਾਜ਼ੂ ਹੈਗੇ ਨੇ ਤਾਂ ਤੁਸੀਂ ਲਗਵਾ ਸਕਦੇ ਹੋ ਆ ਦੇਖੋ ਸਾਰੀ ਸਾੜੀ ਹੋਏਗੀ ਬਹੁਤ ਹੀ ਅਲਟੀਮੇਟ ਲੁੱਕ ਦੇ ਜੇ ਤਾਂ ਵੇਅਰ ਕਰੋਗੇ ਤਾਂ ਸਮਥਿੰਗ ਕਲਾਸਿਕ ਲੁੱਕ ਆਏਗੀ ਦੀ ਔਰ ਇਹ ਆਇਗਾ ਸੀ ਡਿਜ਼ਾਈਨ ਨੰਬਰ 18 13 18600 18600 ਓਨਲੀ ਫੋਰ ਇੱਕ ਸਾੜੀ ਹੋਰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਆਫਰ ਦੇ ਅੰਦਰ ਆਈ ਹੈ ਜੀ ਬਲੈਕ ਕਲਰ ਇਹ ਸਾਰੀ ਪਿਓਰ ਔਰਗੈਂਜ਼ਾ ਦੀ ਸਾਰੀ ਹੋਏਗੀ ਕੱਲਾ ਲਾਈਟ ਬਾਰਡਰ ਜਿਹਨੂੰ ਅਸੀਂ ਬੋਲਦੇ ਹਾਂ ਕਟਰੀਨਾ ਸਟਾਈਲ ਪ੍ਰਿੰਕਾ ਚੋਪੜਾ ਸਟਾਈਲ ਜਿhko ਜਦੋਂ ਤੁਸੀਂ ਫੈਸ਼ਨ ਸ਼ੋਅ ਹੁੰਦੇ ਨੇ ਜਾਂ ਕੋਈ ਵੀ ਫੈਸਟੀਵਲਸ ਹੁੰਦੇ ਨੇ ਤਾਂ ਇਸ ਤਰ੍ਹਾਂ ਦੇ ਸਾਰੀਆਂ ਵੇਅਰ ਹੁੰਦੀਆਂ ਨੇ ਸਿਰਫ ਬਾਰਡਰ ਵਾਲੀਆਂ ਇਹ ਟੋਟਲੀ ਹੈਂਡ ਦਾ ਬਾਰਡਰ ਆ ਟੋਟਲੀ ਹੈਂਡ ਸਾਰਾ ਕੜਦਾਨੇ ਦਾ ਤਾਂ ਸੀਕਵੈਂਸ ਆ ਵਰਕ ਹੋਏਗਾ 올 ਓਵਰ ਸਾਰੀ ਟੋਟਲ 5.5 ਮੀਟਰ ਦੀ ਸਾਰੀ ਆ ਟੋਟਲੀ 올 ਓਵਰ ਉਰੇ ਦਾ ਬਲਾ우스 ਸੋ ਕਲਾਸੀ ਮੈਮ ਥਿਸ ਇਜ਼ ਅ ਬਿਊਟੀਫੁਲ ਸਾੜੀ ਇਹ ਆਏਗਾ ਜੀ 38 40 ਐਂਡ 42 ਤਿੰਨ ਸਾਈਜ਼ਸ ਹਸਟਮ ਅਵੇਲੇਬਲ ਨੇ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਵੱਡਾ ਸਾਈਜ਼ ਚਾਹੀਦਾ ਵਾ ਉਹ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਆਪਣਾ ਸਾਈਜ਼ ਦੇ ਕੇ ਔਰ ਇਸ ਜ਼ੀਰੋ ਨੰਬਰ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਔਰ ਇਹ ਸਾੜੀ ਆਏਗੀ ਸਾਡੇ ਡਿਜ਼ਾਈਨ ਦਾ ਬਹੁਤ 14 ਆਏਗਾ ਜੀ 95 and only 4 ਇਹ ਸੀਗੀਆਂ ਸਾਡੇ 14 ਸਾੜੀਆਂ ਉਹ ਦਿਖਾਵਾਂਗਾ ਤੁਹਾਨੂੰ ਅਸੀਂ 6 ਸਾੜੀਆਂ ਰੈਡੀमेड ਦੇ ਅੰਦਰ ਬੇਟੇ ਇਹ ਸਾੜੀਆਂ ਇਧਰ ਕਰਦੇ ਆਪਾਂ ਇੱਥੇ ਡਿਸਪਲੇ ਕਰਦਣੀਆਂ ਨੇ ਆਹ ਲੋ ਜੀ ਇਹ ਆ ਗਈ ਜੀ ਡਿਜ਼ਾਈਨ ਨੰਬਰ 15 ਜਿਹੜੀ ਹੈਗੀ ਥੋੜੀ ਰੈਡੀ ਟੂ ਵੇਅਰ ਇਹ ਤੁਸੀਂ ਕੁਝ ਨਹੀਂ ਕਰਨਾ ਵਾਸਤੇ ਜੀ ਹੁੱਕ ਲਗਾਨੀ ਆ ਪੱਲਾ ਲੋ ਸਾਰੀ ਰੈਡੀ ਸਭ ਤੋਂ ਪਹਿਲਾਂ ਤੁਸੀਂ ਬਲਾਊਜ਼ ਦੇਖੋ ਪ्योर ਰੋਸ ਲਚ ਬਣਿਆ ਹੋਇਆ ਵਾ ਸਕੈਲਪਿੰਗ ਵਾਲੇ ਦੇ ਬਾਜ਼ੂ ਹੋਣਗੇ ਪ੍ਰੋਪਰ 0 ਨੰਬਰ ਦੇ ਪੋਲਸ ਨੇ ਕੜਦਾਨਾ ਸਿਲਿਆ ਹੋਇਆ ਵਾ ਇਸ ਤਰ੍ਹਾਂ ਰੈਡੀ ਟੂ ਵੇਅਰ ਪਲੇਟਸ ਬਣੀਆਂ ਹੋਈਆਂ ਨੇ ਉਸ ਤੋਂ ਬਾਅਦ ਇਸ ਤਰ੍ਹਾਂ نیچے ਸਾਰਾ ਵਾਕ ਵੀ ਹੋਏਗਾ ਬਹੁਤ ਘੱਟ ਸਾੜੀ ਹੁੰਦੀ ਜਿਹਨਾਂ ਪਰ ਵਾਕ ਕਿਸ ਤਰ੍ਹਾਂ ਦਾ ਕੀਤਾ ਹੁੰਦਾ ਬਾਹਰ ਨੀਚੇ ਸਕਰਚ ਜਿਆਦਾਤਰ ਰੈਡੀਮੇਡ ਸਾੜੀ ਜੋ ਲੈਣੇ ਉਸੀ ਵੈਸਟਰਨ ਲੁੱਕ ਦੀਆਂ ਸਾੜੀਆਂ ਉਹਦੇ 'ਚ ਸਿਰਫ ਬਲਾਊਜ਼ ਤੇ ਵਰਕ ਹੁੰਦਾ ਬਟ ਇਹ ਫਸ ਸਾੜੀ ਆ ਜਿਹਦੀ ਪ੍ਰੋਪਰਲੀ ਸਮਾਰਟ ਵਰਕ ਕੀਤਾ ਵਾ ਔਰ ਇਹ ਕਲਰ ਹੋਏਗਾ ਸੀ ਗ੍ਰੀਨ ਕਲਰ ਜੀ ਬੜੇ ਬਲਾਊਜ਼ ਦੀ ਬੈ ਦਿਖਾਈ ਆ ਦੇਖੋ ਇਹਦੇ ਚ ਵੀ ਆਪਾਂ ਕੋ 3 ਸਾਈਜ਼ अवेलेबल ਨੇ ਬੈਗ ਤੇ ਹੁਕਸ ਆ ਗਈਆਂ ਨੇ ਉਹ ਬਹੁਤ ਕੰਫਰਟੇਬਲ ਫਿਟਿੰਗ ਤੁਹਾਨੂੰ ਆਏਗੀ ਕੰਫਰਟੇਬਲ ਮਹਿਸੂਸ ਕਰੋਗੇ ਪ੍ਰੋਪਰ ਅੱਛਾ 4x4 ਵਾਈ ਦਾ ਲੈਕਰਾ ਹੁੰਦਾ ਵਾ ਇੱਕ ਤਾਂ ਹੁੰਦਾ 2x2 ਲੈਕਰਾ ਇਹ ਪ੍ਰੋਪਰ ਥਿਕ ਲੈਕਰਾ ਵਾ 2 4x4 ਦਾ ਲੈਕਰਾ ਹੋਏਗਾ ਕੋਈ ਥੋੜਾ ਕੋਸਟਲੀ ਹੁੰਦਾ ਵਾ ਬਟ ਆਪਾਂ ਕੁਆਲਿਟੀ ਨੇ ਕਦੀ ਕੰਪਰਮਾਈਜ਼ ਨਹੀਂ ਕਰਦੇ ਤੁਹਾਨੂੰ ਸਭ ਨੂੰ ਪਤਾ ਵਾ ਤਾਂ ਬਲਵੀ ਸਟੋਰ ਦਾ ਬ੍ਰਾਂਡ ਸਟੂਡੀਓ ਇਹ 22000 ਤੋਂ 270 ਦੀ ਰੇਂਜ ਆਏਗਾ ਜੀ 22270 ਦੀ ਰੇਂਜ ਦੇ ਅੰਦਰ ਜੀ ਔਰ ਨੈਕਸਟ ਆਰਟੀਕਲ ਦਿਖਾ ਰਿਹਾ ਤੁਹਾਨੂੰ ਬਹੁਤ ਹੀ ਪਿਆਰਾ ਇਹ ਆਏਗਾ ਜੀ ਸਾਡਾ ਪੀਚ ਪਿੰਕ ਕਲਰ ਜਿਸ ਨੂੰ ਅਸੀਂ 베ਬੀ ਪਿੰਕ ਕਲਰ ਵੀ ਬੋਲਦੇ ਆ ਇਹ ਸਾਰਾ ਰੋ ਦੇ ਉੱਪਰ ਬਣਿਆ ਹੋਇਆ ਵਾ ਸੀਮਾ ਗੁਜਰਾਲ ਦਾ ਬ੍ਰਾਂਡ ਸੂਟ ਪਿਆ ਸਾੜੀ ਹੋਏਗੀ ਇਹ ਲਈ ਨੀਚੇ ਸਾਰਾ ਥਰੈਡ ਵਰਕ ਹੋਏਗਾ ਉਹਦੇ ਉੱਪਰ ਟੋਟਲੀ ਕੜਦਾਣੀ ਦਾ ਪੋਲਜ਼ਾ ਸਾਰਾ ਸੀਕਵੈਂਸ ਦਾ ਵਰਕ ਕਿਤੋਂ ਹੋਏਗਾ ਔਰ ਇਹ ਸਾੜੀ ਜਿਹੜੀ ਹੋਏਗੀ 60 ਗ੍ਰਾਮ ਪਿਓਰ ਜੋੜ ਦੀ ਸਾੜੀ ਹੋਏਗੀ ਔਰ ਇਹ ਆਏਗਾ ਸਾਰਾ ਟੋਟਲੀ ਹੈਵੀ ਵਰਕ ਪੂਰੀ ਸਕਰਟ ਦੇ ਅੰਦਰ ਔਰ ਪੂਰੀ ਡਰੇਪ ਦੇ ਅੰਦਰ ਆ ਦੇਖੋ ਬੈਕ ਤੇ ਕਿੰਨਾ ਪਿਆਰਾ ਵਰਕ ਆ ਅਗਰ ਜੀ ਬੈਕ ਨੂੰ ਕਵਰ ਕਰਨਾ ਵਾ ਯੂਅਰ ਚੁਆਇਸ ਬੈਕ ਨੂੰ ਕਵਰ ਵੀ ਕਰ ਸਕਦੇ ਹੋ ਇਸ ਤਰ੍ਹਾਂ نیچے ਡ੍ਰੇਪ ਬਣੇਗੀ ਸਿਸਟਰ ਔਰ ਇਹਦਾ ਫੈਬਰਿਕ ਆ 60 ਗ੍ਰਾਮ ਜੁੜਦਾ ਫੈਬਰਿਕਾ ਜਿਹੜੀ ਬ੍ਰਾਂਡ ਦਾ ਫੇਰ ਫੀਸਲ ਲਾਂਚ ਆ ਲਾਸਟ ਵੀਕ ਅਰੇ ਫੈਸ਼ਨ ਸ਼ੋਅ ਹੈ ਲੱਖਵੇਂ ਦਾ ਉੱਥੇ ਡਿਜ਼ਾਈਨ ਲਾਂਚ ਕੀਤਾ ਗਿਆ ਵਾ ਤੇ ਉਹਨਾਂ ਦੀ ਰੇਂਜ ਸੀਗੀ 65000 ਅਸੀਂ ਇਹ ਡਾਇਰੈਕਟ ਕਾਰੀਗਰ ਕੋ ਬਾਈ ਕੀਤੀ ਆ ਤੇ ਬਹੁਤ ਹੀ ਲਾਈਟ ਰੇਂਜ ਕਨਵਰਟ ਕੀਤੀ ਹੈ ਜ਼ੜੀਏ 65000 ਤੋਂ ਤੁਹਾਨੂੰ ਮਿਲੇਗੀ ਸਿਰਫ 36300 only for 36300 ਦੀ ਰੇਂਜ ਹੋਏਗੀ ਡਿਜ਼ਾਈਨਰ ਸੀਮਾ ਗੁਜਰਾਲ ਇੱਕਾ ਸਾਨੂੰ ਆਫਰ ਚ ਇੱਕ ਪੀਸ ਬਹੁਤ ਪਿਆਰਾ ਮਿਲਿਆ ਵਾ ਤੇ ਇਹਦੇ ਵੀ ਆਪਨੂੰ ਸਿਰਫ 2 ਜਾਂ 3 ਪੀਸ ਹੀ ਮਿਲ ਪਾਏ ਨੇ نیچے ਸਕਰਟ ਬਣੀ ਹੋਈ ਆ ਜੀ ਆ ਵਿਦਆਊਟ ਵਰਕ ਆ ਸਿਰਫ ਇਹਦੇ ਬੈਲ ਤੇ ਵਰਕ ਕੀਤਾ ਹੋਇਆ ਵਾ ਸਕਰਟ ਦੇ ਤੇ ਸਾਰੀ ਚੁੰਨੜ ਵਾਲੀ ਸਕਰਟ ਹੋਏਗੀ نیچے ਹਲਕਾ ਜਿਹਾ ਸਿੰਗਲ ਲੇਅਰ ਕੈਨਕੈਂ ਦਾ ਲੱਗਿਆ ਹੋਇਆ ਵਾ ਔਰ 60 ਗ੍ਰਾਮ ਦਾ ਫੈਬਰਿਕ ਆ ਇਹ ਆਏਗਾ ਵਰਕ ਜਿਨੋਸੀ ਬੋਲਦੇ ਪਾਪਾ ਡੋਨ ਪੀਸ ਹੈ ਤੁਸੀਂ ਨਾਮ ਸੁਣਿਆ ਹੋਗਾ ਪੀਡੀਐਫ ਇਹ ਬ੍ਰਾਂਡ ਨੇ ਬਹੁਤ ਤਕੜੇ ਬਣਾਨੇ ਯਾਨੀ ਕਿ ਅੱਛੀ ਕਲੈਕਸ਼ਨ ਲਾਂਚ ਹੁੰਦੀ ਆ ਇਸ ਤਰ੍ਹਾਂ ਬੈਗ ਤੇ ਨੈਕ ਹੈਗਾ ਬਾਰਡਰ ਹੈਗਾ ਵਾ ਇਹ ਇਹ ਆਪਾਂ ਨੂੰ ਮਿਲੇ ਨੇ ਬਹੁਤ ਹੀ ਅੱਛੀ ਆਫਰ ਦੇ ਅੰਦਰ ਸਾਈਜ਼ਸ ਥੀ ਅਵੇਲੇਬਲ ਨੇ 38 40 ਐਂਡ 42 ਔਰ ਇਹ ਪਿਓਰ ਪਿਓਰ ਜੌਰਦੀ ਸਕਰਟ ਹੋਏਗੀ ਨਾ ਪੱਲਾ ਵੀ ਜੁੜਦਾ ਹੋਏਗਾ ਔਰ ਇਹ ਸਾਰਾ ਵਰਕ ਕੀਤਾ ਹੋੜਾ ਟੋਟਲੀ ਹੈਂਡ ਵਰਕ ਹੋਏਗਾ ਆ ਸਾਰੇ ਨੋਟ ਸਿਲੇ ਹੋਏ ਨੇ ਪੀਕੋ ਕਲਰ ਪਿੰਕ ਕਲਰ ਔਰ ਗੋਲਡ ਕਲਰ ਦੇ ਔਰ ਤੁਸੀਂ ਬਲੀਵ ਨਹੀਂ ਕਰ पाओगे ਜਿਸ ਰੇਂਜ ਦੇ ਅੰਦਰ ਇਹ ਤੁਹਾਨੂੰ ਸਾੜੀ ਦੇਣ ਜਾ ਰਹੇ ਹਾਂ ਅਸੀਂ ਡ੍ਰੈਪਿੰਗ ਸਾੜੀ ਓਨਲੀ 9400 ਓਨਲੀ 4 ਸਿਸਟਰ ਜੀ ਇਹ ਨਿਆਵਾ ਥੋੜਾ ਕਟੋ ਘਾਟ 10000 ਦਾ ਇਸ ਸਾੜੀ ਚ ਬੈਨੀਫਿਟ ਹੋਏਗਾ 10000 ਦਾ ਕਿਉਂਕਿ ਅਸੀਂ ਪਹਿਲਾਂ ਸੇਲ ਕਰਦੇ ਰਹੇ ਹਾਂ ਤਕਰੀਬਨ 21000 22000 ਦੀ ਰੇਂਜ ਇਹ ਸਿਰਫ ਆਪਾਂ ਨੂੰ 3 ਮੀਰ ਪੀਸ ਮਿਲੇ ਨੇ ਓਨਲੀ yellow ਕਲਰ ਦੇ ਤੇ ਵਟੇ ਆਵਾ ਅਲੋਜੀਸ ਆਇਗਾ ਜੀ ਫੋਰ ਸਟਾਰ ਕੇ ਆਰਟੀਕਲ ਡੰਮੀ ਤੇ ਵੇਅਰ ਕਰਨ ਨਾਲ ਕੀ ਹੁੰਦਾ ਕਿ ਤੁਹਾਨੂੰ ਸਾਰੀ ਜਜਮੈਂਟ ਹੁੰਦੀ ਆ ਕਿ ਕਿਸ ਤਰ੍ਹਾਂ ਦੀ ਲੁੱਕ ਆਏਗੀ ਇਸ ਤਰ੍ਹਾਂ ਸਾਰੇ ਤੁਹਾਡੇ ਇਸ ਤਰ੍ਹਾਂ ਸਾਈਡ ਤੇ ਹੁੱਕ ਆ ਜਣੀ ਆ ਪੂਰੀ ਡ੍ਰੇਪ ਬੰਨੀ ਆ ਪਿਓਰ ਲਾਈਕਰਾ ਦੀ ਤੇ ਆ ਦੇਖੋ ਸਾਰੇ ਆਈ ਲਾਈਕਰਾ ਹੋਏਗੀ 4x4 ਔਰ ਦਾ ਕਲਰ ਦਾ ਕਲਰ ਕਿੰਨੇ ਪਿਆਰੇ ਨੇ ਇਸ ਤਰ੍ਹਾਂ ਬੈਕ ਤੇ ਜ਼ਿਪਰ ਆ ਇਹ ਥੋੜਾ ਡਬਲ ਨੈਟ ਲੱਗੀ ਹੁੰਦੀ ਹੈਗਾ ਤੁਸੀਂ ਇਹਨੂੰ ਥੋੜਾ ਕਵਰ ਕਰਨਾ ਵਾ ਤਾਂ ਨੀਚੇ ਸੇਮ ਫੈਬਰਿਕ ਸਾਟਨ ਜਾਂ ਕੋਈ ਵੀ ਫੈਬ੍ਰਿਕ ਲਗਾ ਕੇ ਤੁਸੀਂ ਇਹਨਾਂ ਨੂੰ ਕਵਰ ਕਰ ਸਕਦੇ ਹੋ ਉਹ ਤੁਹਾਨੂੰ ਸਬਸਿ ਕਰਕੇ ਦਵਾਂਗੇ ਫ੍ਰੀਓ ਕੋਸਟ ਕੋਈ ਵੀ ਉਹਦਾ ਚਾਰਜ ਨਹੀਂ ਹੋਏਗਾ ਸਿਰਫ ਤੁਸੀਂ ਆਪਣੀ ਹਾਈਟ ਦੱਸੋ ਚਸਟ ਵੇਸਟ ਉਹਦੇ ਅਕੋਰਡਿੰਗ ਤੁਹਾਨੂੰ ਕਰਕੇ ਦਵਾਂਗੇ ਰੇਡੀਅਸੀ ਤਾਂ ਕਮੈਂਟ ਜਰ ਕਰਿਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਸਾੜੀਆਂ ਦੀ ਕਲਰ ਮੈਚਿੰਗ ਵਾਕ ਸਟਾਈਲ एवरीथिंग ਡਿਫਰੈਂਟ ਹੋਏਗਾ ਓਨਲੀ ਓਨ ਹੋਏਗੀ ਸਿਰਫ 14530 14530 ਰੁਪੀਜ਼ ਓਨਲੀ ਫੋਰ ਹੁਣ ਆਏਗਾ ਜੀ ਨੈਕਸਟ ਆਰਟੀਕਲ ਆਏਗਾ ਜੀ ਨੇਵੀ ਬਲੂ ਕਲਰ ਜੀ ਵਾਓ दिस इज़ द ब्रांड साड़ी सिर डिजाइनर रीतू कुमार वर्ल्ड फेमस डिजाइनर दिस इज़ द न्यू आर्टिकल टोटल थ्रेड वर्क होएगा पर्जा वर्क होएगा करदाना से लिया होया वो अच्छी समार्टनैस साड़ी हैगी اور ود totally ब्लाउज ਨਾਲ بازو ملنگے ਤੁਹਾਨੂੰ ਇਨਕਲੂਡਡ ਟੋਟਲੀ ਵਰਕ ਵਾਲੇ ਹੋਣਗੇ ਇਸ ਤਰ੍ਹਾਂ ਬੈਕ ਡਿਜ਼ਾਈਨਰ ਬਣੀ ہوئی ਆ ਬੈਕ ਤੇ ਪਰ ਬਹੁਤ ਹੀ ਖਾਸ ਔਰ ਡਿਜ਼ਾਈਨਰ ਜੈਪੁਰੀ ਸਟਾਈਲ ਦੇ ਟਸਸ ਲੱਗੇ ਹੋਏ ਨੇ ਅਗਰ ਤੁਸੀਂ ਬੈਕ ਤੋਂ ब्लाउज ਨੂੰ ਕਵਰ ਕਰਨਾ ਵਾ ਤਾਂ ਵਿਦ ਫੈਬਰਿਕ ਨਾਲ ਹੋਏਗਾ ਨੂੰ ਬੈਕ ਤੋਂ ਹਾਫ ਕਵਰ ਕਰਨਾ ਜਾਂ ਫੁੱਲ ਕਵਰ ਕਰਨਾ ਯੂਅਰ ਚੁਆਇਸ ਔਰ نیچے ਪਿਓਰ ਲਾਈਕ ਰਦਾ ਸੀ ਇਸ ਤਰ੍ਹਾਂ ਸਕਰਟ ਚ ਪੂਰਾ ਹੈਂਡ ਵਰਕ ਟੋਟਲ ਥ्रेड ਵਰਕ ਹੋਏਗਾ ਜੀ ਫਿਰ ਪੂਰੀ ਡ੍ਰੈਪ ਕੁਮੇਗੀ ਔਰ ਇਸ ਤਰ੍ਹਾਂ ਆਏਗਾ ਜੀ ਪੱਲੂ واو ਕਲਾਸੀ ਸਾੜੀਸ ਇਸ ਦਾ ਕੰਫਰਟੇਬਲ ਸਾੜੀਸ ਆ ਦੇਖੋ ਜੀ ਇਹ ਹੈਗਾ ਜੀ ਨੇਵੀ ਬਲੂ ਕਲਰ ਜੀ ਬਹੁਤ ਸਮਾਰਟਨੈਸ ਵਾਲੀ ਸਾੜੀ ਹੈ ਸਿਸਟਰ ਜੀ ਬਹੁਤ ਅਲਟੀਮੇਟ ਸਾੜੀ ਹੋਏਗੀ ਇਹ ਹੈਗਾ ਜੀ ਡਿਜ਼ਾਈਨ ਨੰਬਰ 19 ਨੇਵੀ ਬਲੂ ਕਲਰ 23000 ਐਂਡ 100 ਓਨਲੀ ਫੋਰ 23100 ਦੀ ਰੇਂਜ ਆਏਗਾ ਜੀ ਆਰਟੀਕਲ ਨੰਬਰ 19 ਹੁਣ ਆਏਗਾ ਲਾਸਟ ਆਰਟੀਕਲ ਆਫ ਦਾ ਵੈਸਟਰਨ ਸਾੜੀਜ਼ ਐਂਡ ਦਾ ਅਨਸੀ ਸਾੜੀ ਅਰੇ ਇਹਦਾ ਕਾਫੀ ਕਲਰ ਬਹੁਤ ਹੀ ਪਿਆਰਾ ਔਰ ਇਹਦਾ ਬਲਾਊਜ਼ ਆਏਗਾ ਜੀ ਆਫ ਸ਼ੋਲਡਰ ਆਏਗਾ ਜੀ ਇਸ ਤਰ੍ਹਾਂ ਇਹ ਛੋੜਾ ਸ਼ੋਲਡਰ ਸ਼ੋਲਡਰ ਆਏਗਾ ਅਗਰ ਤੁਸੀਂ ਸ਼ੋਲਡਰ ਕਵਰ ਕਰਨਾ ਤਾਂ ਅਸੀਂ ਇਸ ਤੇ ਐਕਸਟਰਾ ਸਟੈਪ ਐਡ ਕਰ ਸਕਦੇ ਹਾਂ ਕਿ ਤੁਹਾਡੇ ਸ਼ੋਲਡਰ ਓਪਨ ਨਾ ਰਹਿਣ ਅਗਰ ਤੁਸੀਂ ਆਪਾਂ ਨੂੰ ਵੇਅਰ ਕਰ ਲੈਣਾ ਤਾਂ ਬੈਲਨ ਗੁੱਡਾ ਅਗਰ ਨਹੀਂ ਵੇਅਰ ਕਰਨਾ ਤਾਂ ਉਹ ਵੀ ਦਾ ਆਪਣਾ ਹੱਲ ਹੈਗਾ ਵਾ ਅਸੀਂ ਉਹਨੂੰ ਵੀ ਕਵਰ ਕਰ ਸਕਦੇ ਹਾਂ ਬੈਕ ਤੇ ਡੋਰੀ ਹੈਗੀ ਆ ਜ਼ਿਪਰ ਸੱਟ ਕੀਤੀ ਹੋਈ ਆ ਪ੍ਰੋਪਰ ਇਹ ਆਏਗਾ ਜੀ ਚਾਕਲੇਟ ਬਰਾਊਨ ਕਲਰ ਸਾਤਵੜੀ ਗਲੇ ਦੇ ਕਲਰ ਹੈਗੇ ਨੇ ਇਹ ਤੁਹਾਨੂੰ ਬਹੁਤ ਹੀ ਰੀਅਲ ਮਿਲਣਗੇ ਸਾੜੀਆਂ ਦੇ ਅੰਦਰ ਕਿਉਂਕਿ ਇਹਨਾਂ ਦੀ ਸਾੜੀਆਂ ਹੁੰਦੀਆਂ ਨੇ ਅਲੱਗ ਔਰ ਕਲਰ ਹੁੰਦੇ ਨੇ ਸਮਥਿੰਗ ਡਿਫਰెంట్ ਕਲਰਸ ਇਹ ਹੈਗੇ ਸਾਡੇ ਲਾਸਟ ਆਰਟੀਕਲ ਹੋਏਗਾ ਜੀ 1420 ਰੁਪੀਜ਼ ਓਨਲੀ ਫੋਰ ਇਹ ਸਿੰਘਾ ਸਿਸਟਰ ਜੀ ਆਪਣੇ ਲਾ 20 ਆਰਟੀਕਲਸ ਇਦੋਂ ਅਸੀਂ 6 ਸਾੜੀਆਂ ਦਿਖਾਈਆਂ ਰੈਡੀਮੇਡਸ ਹੈਗੀਆਂ ਨੇ ਬਨਾਰਸੀ ਹੈਗੀਆਂ ਨੇ ਬਲਾਊਜ਼ ਸਟਿਚ ਵਾਲੀ ਦਿਖਾਈਆਂ ਨੇ ਸਾਰੇ ਪੀਸੇ ਤੁਹਾਨੂੰ ਦਿਖਾਈ ਨੇ ਅਸੀਂ ਅਲਟੀਮੇਟ ਲੁੱਕ ਦੇ ਹੁਣ ਤੁਹਾਡੇ ਕੋਈ ਵੀ ਇਹਨਾਂ ਚ ਬੜੇ ਫਾਈਨਲ ਹੈਗੇ ਨੇ ਉਹ ਤੁਸੀਂ ਦੀ ਆਪਣਾ ਸਕਰੀਨਸ਼ਾਟ ਲਾ ਕੇ ਸਾਡੇ ਨੰਬਰਾਂ ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਔਰ ਆਪਣੇ ਪੀਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਸ਼ਿਪਿੰਗ ਆਪਣੀ ਵਰਲਡਵਾਈਡ ਹੈਗੀ ਹੈ ਤਿੰਨੇ ਨੰਬਰ ਅਸੀਂ ਮੈਂਸ਼ਨ ਕੀਤੇ ਹੋਏ ਨੇ 2 ਤੋਂ 3 ਡੇਸ ਇੰਡੀਆ ਦੇ ਅੰਦਰ ਔਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਅੰਦਰ ਤਾਂ ਤੁਸੀਂ ਕਿਤੇ ਵੀ ਬੈਠ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤਾਂ ਸਾਨੂੰ ਦਿਓ ਆਜ਼ਾਦਤ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਸ਼ੀਕਾਲ ਫਤਿਹ ਪ੍ਰਵਾਨ ਕਰਿਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ ਲਾਈਕ ਕਰਿਓ ਐਂਡ ਕਮੈਂਟ ਕਰਿਓ ਜੀ